ਪੰਜਾਬ ਪੁਲਿਸ ਨੇ ਮੋਹਾਲੀ ਤੋਂ ਵੱਡੀ ਸਫਲਤਾ ਹਾਸਲ ਕੀਤੀ ਹੈ। ਮੋਹਾਲੀ ਪੁਲਿਸ ਦੇ ਵੱਲੋਂ ਮੋਹਾਲੀ ਦੇ ਸੈਕਟਰ 82 ਚ ਫਰਜ਼ੀ ਇਮੀਗ੍ਰੇਸ਼ਨ ਚਲਾਉਣ ਵਾਲੇ ਇੱਕ ਠੱਗ ਬੰਦੇ ਦਾ ਪਰਦਾਫਾਸ਼ ਕੀਤਾ ਹੈ। ਦੱਸ ਦਈਏ ਕਿ ਇਹਨਾਂ ਦਾ ਨੈਕਸਸ ਹਰਿਆਣੇ ਦੇ ਜਾਲੀ ਮੁੱਖ ਸਕੱਤਰ, ਵਿਧਾਇਕ, ਇਨਸਪੈਕਟਰ ਤੇ ਰਾਜਨੀਤਿਕ ਪਾਰਟੀ ਦੇ ਜਨਰਲ ਸਕੱਤਰ ਬਣ ਕੇ ਇਹ ਸਾਰਾ ਕਾਰਾ ਕਈ ਸਾਲਾਂ ਤੋਂ ਕਰ ਰਹੇ ਸੀ। ਇਹਨਾਂ ਚੋਂ ਮੁੱਖ ਸ਼ਖਸ ਦੀ ਪਛਾਣ ਸਰਬਜੀਤ ਸਿੰਘ ਸੰਧੂ ਦੇ ਵਜੋਂ ਹੋਈ ਹੈ। ਇਹ ਸ਼ਖਸ ਰੋਬਦਾਰ ਅਹੁਦਿਆਂ, ਲਗਜ਼ਰੀ ਗੱਡੀਆਂ ਤੇ ਗਨਮੈਨਾਂ ਦੇ ਪ੍ਰਭਾਵ ਦੇ ਰਾਹੀਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇੱਕ ਨਹੀਂ ਸਗੋਂ 19 ਫਰਜ਼ੀ ਇਮੀਗ੍ਰੇਸ਼ਨ ਕੰਪਨੀਆਂ ਚਲਾ ਰਿਹਾ ਸੀ। ਇਸ ਖੁਲਾਸੇ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ। ਗ੍ਰਿਫਤਾਰੀ ਦੇ ਦੌਰਾਨ SSP ਮੋਹਾਲੀ ਦੇ ਵੱਲੋਂ ਇਹ ਖੁਲਾਸੇ ਕੀਤੇ ਗਏ ਹੈ ਕਿ ਉਕਤ ਮੁਲਜ਼ਮ ਦੇ ਕੋਲੋਂ ਹੁਣ ਤੱਕ ਤਕਰੀਬਨ 35 ਕਰੋੜ ਦੀ ਠੱਗੀ ਮਾਰੀ ਜਾ ਚੁੱਕੀ ਹੈ, ਜਿਸ ਦਾ ਖੁਲਾਸਾ ਹੋਇਆ ਤੇ ਇਸ ਤੋਂ ਪਹਿਲਾਂ ਹੀ 5 ਮੁਕੱਦਮੇ ਵੱਖ-ਵੱਖ ਥਾਵਾਂ ਦੇ ਉੱਤੇ ਦਰਜ ਕੀਤੇ ਹੋਏ ਨੇ। ਹੋਰ ਪੁਲਿਸ ਦੇ ਵੱਲੋਂ ਕੀ ਕਹਿਣਾ ਹੈ ਇੱਕ ਵਾਰ ਉਹ ਵੀ ਸੁਣਾ ਦਿੰਨੇ ਆ। ਇਸ ਨੂੰ ਇੱਕ ਵੱਡੀ ਸਫਲਤਾ ਮਿਲੀ। ਇਹ ਚ ਮਾਨਯੋਗ CM ਸਾਹਿਬ ਦੇ ਤੇ ਮਾਨਯੋਗ DGP ਸਾਹਿਬ ਦੇ ਜਿਹੜੇ ਦਿਸ਼ਾ ਨਿਰਦੇਸ਼ ਹੈ ਉਹਨਾਂ ਦੇ ਅਨੁਸਾਰ ਅਸੀਂ ਇਲੀਗਲ ਟਰੈਵਲ ਏਜੰਟਸ ਦੇ ਖਿਲਾਫ ਜਿਹੜੀ ਮੁਹਿੰਮ ਛੇੜੀ ਹੋਈ ਹੈ ਉਹਦੇ ਤਹਿਤ ਇੱਕ ਮੇਨ ਵੱਡਾ ਜਿਹੜਾ ਸਰਗਨਾ ਸੀ ਸਰਬਜੀਤ ਸਿੰਘ ਸੰਧੂ, ਇਹ ਕਾਫੀ ਵੱਡੀਆਂ ਠੱਗੀਆਂ ਜਿਹੜੀਆਂ ਸੀਗੀਆਂ ਮਾਰ ਰਿਹਾ ਸੀ ਟਰੈਵਲ ਏਜੰਸੀ ਦੇ ਨਾਮ ਤੇ। ਕਰੀਬ 35 ਕਰੋੜ ਦਾ ਜਿਹੜਾ ਫਰੋਡ ਹੈਗਾ ਇਹ ਸਾਨੂੰ ਹਜੇ ਤੱਕ ਅਨਰਥ ਹੋਇਆ। ਕਰੀਬ 35 ਕਰੋੜ ਦੀਆਂ ਇਹ ਠੱਗੀਆਂ ਲੋਕਾਂ ਨਾਲ ਮਾਰ ਚੁੱਕਿਆ ਹੈ। ਤੇ ਇਹਦੇ ਚ ਇਹ ਚ ਮੋਡਸ ਓਪਰੈਂਡੀ ਇਹਦਾ ਇਹ ਸੀਗਾ ਕਿ ਇਹ ਲੋਕਾਂ ਨੂੰ ਜਿਹੜੇ ਵੀਜ਼ੇ ਸੀਗੇ ਉਹ ਲਵਾ ਕੇ ਦਿੰਦਾ ਸੀਗਾ। ਇਹਦੇ ਇਹਦਾ ਤਾਲਮੇਲ ਬਾਕੀ ਸ਼ਹਿਰਾਂ ਦੇ ਜਿਹੜੇ ਟਰੈਵਲ ਏਜੰਟਸ ਨਾਲ ਵੀ ਹੋ ਗਿਆ ਸੀਗਾ। ਉਹਨਾਂ ਤੋਂ ਵੀ ਬਲਕ ਦੇ ਵਿੱਚ 20-20, 30-30, 40-40 ਪਾਸਪੋਰਟਸ ਮੰਗਾ ਲੈਂਦਾ ਸੀਗਾ ਅਤੇ ਉਹਨਾਂ ਨੂੰ ਟਰੈਵਲ ਵੀਜ਼ਾ ਲਗਾ ਕੇ ਦਿੰਦਾ ਸੀਗਾ। ਹੁਣ ਇਹ ਜਿਹੜੇ ਵੀਜ਼ਾ ਲਗਾ ਕੇ ਦਿੰਦਾ ਸੀ ਉਹ ਜਾਲੀ ਹੁੰਦੇ ਸੀਗੇ। ਤਾਂ ਇਹਦੇ ਇਹਦੇ ਜਿਹੜੇ ਇਸ ਕ੍ਰਾਈਮ ਦੇ ਵਿੱਚ ਇਹਦੇ ਨਾਲ ਇਹਦੇ ਕੋਈ ਸਾਥੀ ਵੀ ਜੁੜੇ ਹੋਏ ਸੀਗੇ, ਜਿਵੇਂ ਇੱਕ ਰਾਹੁਲ ਨਾਮ ਦਾ ਬੰਦਾ ਸੀਗਾ ਜਿਹਦੇ ਨਾਲ ਇਹ ਟਾਈ ਅਪ ਕਰਦਾ ਸੀਗਾ। ਇਹ ਵੀ ਅਸੀਂ ਅਰੈਸਟ ਕਰ ਲਿਆ ਹੈਗਾ। ਰਾਹੁਲ ਇਹ ਬਿਲਾਸਪੁਰ ਤੋਂ ਬਿਲਾਸਪੁਰ ਦਾ ਰਹਿਣ ਵਾਲਾ ਹੈ ਅਤੇ ਉੱਥੋਂ ਹੀ ਅਰੈਸਟ ਕੀਤਾ ਹੈ। ਰਾਹੁਲ ਸੀ ਇਹਨੂੰ ਦੋ ਚੀਜ਼ਾਂ ਪ੍ਰੋਵਾਈਡ ਕਰਦਾ ਸੀ, ਫੇਕ ਵੀਜ਼ਾਸ ਪ੍ਰੋਵਾਈਡ ਕਰਦਾ ਸੀਗਾ ਪਲੱਸ ਫੇਕ ਅਕਾਊਂਟਸ ਜਿਹੜੇ ਸੀਗੇ ਉਹ ਪ੍ਰੋਵਾਈਡ ਕਰਦਾ ਸੀਗਾ। ਤਾਂ ਜਿਹੜਾ ਸਰਬਜੀਤ ਸੰਧੂ ਹੈ ਇਹ ਇਹਦੇ ਕੋਲ ਜਦੋਂ ਲੋਕ ਅਕਾਊਂਟ ਦੇ ਵਿੱਚ ਪੈਸਾ ਜਮ੍ਹਾਂ ਕਰਾਉਂਦੇ ਸੀਗੇ ਇਹ ਅੱਗੇ ਕਰੀਬ 20-30% ਅੱਗੇ ਰਾਹੁਲ ਵਰਿਆਂ ਦੇ ਅਕਾਊਂਟ ਦੇ ਵਿੱਚ ਉਹਨਾਂ ਦੇ ਟ੍ਰਾਂਸਫਰ ਕਰਦਾ ਸੀ, ਬਾਕੀ ਆਪਦੇ ਕੋਲ ਰੱਖ ਲੈਂਦਾ ਸੀਗਾ। ਜਿਹੜਾ ਰਾਹੁਲ ਹੈ ਉਹ ਅੱਗੇ ਫਰਦਰ ਜਿਨ੍ਹਾਂ ਤੋਂ ਫੇਕ ਵੀਜ਼ਾ ਕਰਾਉਂਦਾ ਸੀਗਾ ਉੱਥੋਂ ਉਹਨਾਂ ਦੇ ਅਕਾਊਂਟਾਂ 'ਚ ਸ਼ਿਫਟ ਕਰਦਾ ਸੀ ਜਿਹੜੇ ਕਿ ਸਾਰੇ ਫੇਕ ਅਕਾਊਂਟ ਸੀਗੇ। ਪਲੱਸ ਜਿਹੜੇ ਫੇਕ ਅਕਾਊਂਟ ਪ੍ਰੋਵਾਈਡ ਕਰਨ ਵਾਲਾ ਬੰਦਾ ਹੈਗਾ ਰਵੀ, ਉਹ ਰਵੀ ਨਾਮ ਦਾ ਜਿਹੜਾ ਬੰਦਾ ਉਹ ਵੀ ਅਸੀਂ ਅਰੈਸਟ ਕਰ ਲਿਆ ਜਿਹੜਾ ਫੇਕ ਅਕਾਊਂਟ ਪ੍ਰੋਵਾਈਡ ਕਰਦਾ ਹੈ। ਇਹ ਚ ਹੋਰ ਵੀ ਕਰਦਾ ਸੀਗਾ, ਇਹਨੇ ਸਟਿੱਕਰ ਵੀਜ਼ਾ ਜਿਹੜਾ ਸੀ ਉਹ ਮੰਗਾਉਂਦਾ ਸੀਗਾ ਰਾਹੁਲ ਦੇ ਥਰੂ। ਉਹ ਸਟਿੱਕਰ ਵੀਜ਼ਾ ਆਪਣੇ ਦਫ਼ਤਰ ਦੇ ਵਿੱਚ ਹੀ ਪਾਸਪੋਰਟ ਦੇ ਉੱਤੇ ਲਗਾ ਲੈਂਦਾ ਸੀਗਾ। ਫਿਰ ਉਦੋਂ ਬਾਅਦ VFS ਗਲੋਬਲ ਦੇ ਤੁਸੀਂ ਦੇਖ ਸਕਦੇ ਹੋ, VFS ਗਲੋਬਲ ਦੇ ਲਿਫਾਫੇ ਵੀ ਸਾਨੂੰ ਬਰਾਮਦ ਹੋਏ ਉਹਦੇ ਆਫਿਸ 'ਚੋਂ। ਇਹ VFS ਗਲੋਬਲ ਦੇ ਲਿਫਾਫੇ ਜਿਹੜੇ ਸੀਗੇ ਉਹ ਲਿਫਾਫਿਆਂ ਦੇ ਵਿੱਚ ਉਹ ਪਾਸਪੋਰਟ ਨੂੰ ਪਾ ਕੇ ਉਹਨੂੰ ਸੀਲ ਕਰਕੇ ਉਹਦੇ ਉੱਤੇ ਫਿਰ ਬਾਰਕੋਡ ਲਾ ਲੈਂਦਾ ਸੀਗਾ। ਉਹ ਇਹ ਦਿਖਾਉਂਦਾ ਸੀਗਾ ਕਿ ਉਹਨੂੰ ਬਾਏ ਕੋਰੀਅਰ VFS ਗਲੋਬਲ ਨੇ ਇਹ ਵੀਜ਼ੇ ਅਤੇ ਪਾਸਪੋਰਟ ਜਿਹੜੇ ਭੇਜੇ ਹੈ। ਜਿਹੜਾ ਪਾਸਪੋਰਟ ਜਿਹੜਾ ਅਪਲਾਈ ਕੀਤਾ ਹੁੰਦਾ ਸੀ ਉਹਨੂੰ ਇਹ ਲੱਗਦਾ ਸੀ ਮੇਰਾ ਜੈਨੂਇਨ ਵੀਜ਼ਾ ਲੱਗ ਕੇ ਆ ਗਿਆ। ਉਹ ਬਲਕਿ ਜਦੋਂ ਵਿਚਾਰਾ ਅੱਗੇ ਏਅਰਪੋਰਟ 'ਤੇ ਆਪਦੀਆਂ ਟਿਕਟਾਂ ਬੁੱਕ ਕਰਾ ਕੇ ਜਾਂਦਾ ਸੀਗਾ ਤਾਂ ਉੱਥੇ ਜਾ ਕੇ ਇਮੀਗ੍ਰੇਸ਼ਨ ਵਾਲੇ ਉਹਨੂੰ ਰੋਕ ਲੈਂਦੇ ਸੀ, ਫੜ ਲੈਂਦੇ ਸੀ ਕਿ ਤੁਸੀਂ ਜਾਲੀ ਵੀਜ਼ਾ ਲਗਾ ਕੇ ਘੁੰਮ ਰਹੇ ਹੋ। ਉਹਦੀਆਂ ਸਾਨੂੰ ਕੰਪਲੇਂਟਸ ਆਈਆਂ ਸੀਗੀਆਂ ਜਿਹਦੇ ਤਹਿਤ ਅਸੀਂ ਇਹ ਕਾਰਵਾਈ ਜਿਹੜੀ ਸੀਗੀ ਇਹਦੇ ਖਿਲਾਫ਼ ਸ਼ੁਰੂ ਕੀਤੀ ਸੀ। ਇਸ ਤੋਂ ਇਲਾਵਾ ਇਹ 'ਚ ਹੋਰ ਵੀ ਇਹ ਇੰਟਰਸਟਿੰਗ ਇਹਦੇ ਵਿੱਚ ਇਹ ਹੈ ਕਿ ਇਹ ਇਮਪਰਸੋਨੇਸ਼ਨ ਕਰ ਰਿਹਾ ਸੀਗਾ ਕਾਫੀ ਲੋਕਾਂ ਦੀ। ਇਹ 'ਚੋਂ ਸਾਨੂੰ ਤੁਸੀਂ ਦੇਖ ਸਕਦੇ ਹੋ ਕਾਫੀ ਆਈ ਕਾਰਡ ਜਿਹੜੇ ਫੇਕ ਬਣੇ ਹੋਏ ਆ ਉਹ ਬਰਾਮਦ ਹੋਏ ਹੈ। ਇਹਦੇ ਵਿੱਚ ਇਹਨੇ ਪੰਜਾਬ ਪੁਲਿਸ ਦੇ ਕਾਂਸਟੇਬਲ ਦਾ ਆਈ ਕਾਰਡ ਫੇਕ ਬਣਾਇਆ ਹੋਇਆ ਹੈ, ਪੰਜਾਬ ਪੁਲਿਸ ਦੇ ਇੰਸਪੈਕਟਰ ਦਾ ਕਾਰਡ ਫੇਕ ਬਣਾਇਆ ਹੋਇਆ ਹੈ, ਉਸ ਤੋਂ ਬਾਅਦ ਹੋਮ ਸੈਕਟਰੀ ਹਰਿਆਣਾ ਦਾ ਕਾਰਡ ਬਣਾਇਆ ਹੋਇਆ ਹੈ ਅਤੇ ਇਸੇ ਤਰ੍ਹਾਂ ਨਾਲ ਇਹਨੇ ਕਾਫੀ ਕਾਰਡ ਫੇਕ ਬਣਾਏ ਹੋਏ ਹੈ। ਇਹਦੀ ਜਾਲੀ ਕੈਨੇਡਾ PR ਦਾ ਕਾਰਡ ਬਣਿਆ ਹੋਇਆ ਹੈ, ਫੇਕ ਅਮੈਰੀਕਨ PR ਦਾ ਕਾਰਡ ਬਣਿਆ ਹੋਇਆ ਹੈ, ਇਸੇ ਤਰ੍ਹਾਂ ਨਾਲ ਇੱਕ ਹਰਿਆਣਾ ਦਾ ਡਰਾਈਵਿੰਗ ਲਾਇਸੈਂਸ ਦਾ ਕਾਰਡ ਬਣਾਇਆ ਹੋਇਆ ਹੈ। ਇਹ ਕੰਪਲੀਟ ਫੇਕ ਡਾਕੂਮੈਂਟੇਸ਼ਨ ਦਾ ਇਹ ਮਾਹਰ ਸੀਗਾ ਇਹਦੇ ਵਿੱਚ। ਇਸ ਤੋਂ ਇਲਾਵਾ ਜਿਹੜਾ ਸੀ ਇਹ ਆਪਦੇ ਨਾਲ ਕਰੀਬ 8-10 PSO ਲੈ ਕੇ ਘੁੰਮਦਾ ਸੀਗਾ। ਜਿਹੜੇ PSO ਸੀਗੇ ਉਹਨਾਂ ਨੂੰ ਉਹਨਾਂ ਦਾ ਇਹ ਉਹ ਐਕਸ ਆਰਮੀ ਮੈਨ ਜਿਹੜੇ ਸੀਗੇ ਉਹ ਐਜ਼ ਪ੍ਰਾਈਵੇਟ ਸਿਕਿਉਰਿਟੀ ਜਿਹੜੀ ਸੀ ਇਹਨੇ ਇੰਪਲੋਏ ਕੀਤੇ ਹੋਏ ਸੀਗੇ। ਉਹਨਾਂ ਨੂੰ PSOs ਨੂੰ ਪੰਜਾਬ ਪੁਲਿਸ ਦੀਆਂ ਟੀ ਸ਼ਰਟਸ ਅਤੇ ਜਿਹੜੀ ਡਾਂਗਰੀ ਹੈਗੀ ਹੈ ਉਹ ਪਵਾ ਕੇ ਨਾਲ ਲੈ ਕੇ ਘੁੰਮਦਾ ਸੀਗਾ। ਗੱਡੀਆਂ ਦੇ ਉੱਤੇ VIP ਪਾਇਲਟ, ਪੰਜਾਬ ਪੁਲਿਸ ਪਾਇਲਟ ਦੇ ਸਟਿੱਕਰ ਲਵਾ ਰੱਖੇ ਸੀ ਇਹਨੇ। ਅਤੇ ਇੱਕ ਜਿਵੇਂ ਦੇਖ ਸਕਦੇ ਹੋ ਵੱਡੇ ਵੱਡੇ ਆਫਿਸ਼ੀਅਲ ਦੇ ਫੇਕ ਇਹਨੇ ਫਲੈਗਸ ਜਿਹੜੇ ਹੈਗੇ ਉਹ ਵੀ ਬਣਾ ਰੱਖੇ ਸੀ, ਉਹ ਵੀ ਗੱਡੀਆਂ ਦੇ ਉੱਤੇ ਲਗਾ ਕੇ ਘੁੰਮਦਾ ਸੀਗਾ।
कोई बंदा कंप्लेनेंट इनू अप्रोच करता सी पैसे लैन वास्ते तो इनू ये आपका प्रभाव दिखाने की कोशिश करता सी, तो उस करके कुछ बंदा इनू डरा भी लैंदा सी। तो ये गिरफ्तारी के नाल एक बहुत वड्डा नैक्सस जिहड़ा सीगा इलीगल ट्रैवल एजेंसी का वो बस्ट होया। ये पूरे पंजाब तो ट्रैवल एजेंट्स ये को आते इनू जेन्युइन मन के आते थे, तो दस दस पंद्रह पंद्रह वीजा जिदा भी जिन्ना को पासपोर्ट्स लैके आते तो उन्होंने वीजा लगा देते। ये जी अच्छा ये कोई लाइसेंस नहीं है, ये कोई एजेंसी का लाइसेंस नहीं है, कोई यदि रजिस्ट्रेशन नहीं हैगी है, टोटली फेक इस तरीके काम करता सगा। अच्छा ये जो बैंक अकाउंट है करीब 61 जो फेक बैंक अकाउंट्स है असं ऑलरेडी ये ट्रेस कर चुके हैं। करीब 60 के आस पास जो पासपोर्ट्स है जिसे फेक वीजा इन्हें लगाए हुए हैं वो असी बरामद कर चुके हैं। करीब 50 लाख तो उपर कैश रिकवरी हो चुकी है। 70 तो 80 लाख रुपए का जिहड़ा सीगा इहदा इक्विपमेंट फर्नीचर वगैरह जिहड़े ने वख-वख दफ्तरां 'च अपना लाया होया सी रिकवर होया वे। उस तो इलावा जिहड़े दे बैंक अकाउंट असीं फ्रीज़ कराए है करीब 20-22 लाख रुपए दे बैंक अकाउंटां सीगा जिहड़े फ्रीज़ कराए है। इन्हें मोहाली डिस्ट्रिक्ट दे विच विच इन्हें 3 अपने ऑफिस खोल रखे सीगे, एक 82 सैक्टर 'च किसी घर दे विच सीगा MIT यूनिवर्सिटी दे कोले, दूसरा डेरा बस्सी दे विच एक कोई डॉलर पब है, एक इन्हें बार बर कब रेस्टोरेंट आइस बना रहा सीगा उहदे उत्ते एक ऑफिस इन्हें खोलिया होया सी। टोटल 3 लोकेशन जिहड़ियां होगियां डॉलर पब उहदे उत्ते ऑफिस।